ਪ੍ਰਾਰਥਨਾ ਸ੍ਰੀ ਵਾਹਿਗੁਰੂ ਹੇ ਸੱਚੇ ਸਤਿਗੁਰੂ ਜੀ ਆਪਣੇ ਪਰਿਵਾਰ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਿਓ, ਆਪ ਪਰਿਵਾਰ ਦੇ ਅੰਗ ਸੰਗਰੇ ਹੋਵੇ, ਅਰਦਾਸ ਕਬੂਲ ਕਰਿਓ ਸੱਚੇ ਸਤਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਲੈ ਰੋਟੀ ਪਾਣੀ ਦਾ ਬਣਾਈਏ, ਇੰਨੇ ਪਹਿਲਾਂ ਭਾਂਡੇ ਜੀ ਸਾਫ਼ ਕਰ। ਅੱਠ ਵੱਜ ਗਏ ਹੁਣ ਵੀ ਰੋਟੀ ਦਾ ਟਾਈਮ ਹੀ ਹੋਇਆ। ਲੈ ਕੁੜੇ ਦੇਖਾਂ ਅੰਦਰ ਕੀ ਕਰੀ ਜਾਂਦੀ ਹੈ। ਕੋਈ ਰੋਟੀ ਰੋਟੀ ਬਣਾਈ ਹੈ ਕਿ ਨਾ? ਘੰਟਾ ਪਾਠ ਪੂਠ 'ਤੇ ਲੱਗੀ ਰਹਿੰਦੀ ਹੈ ਹੁਣ ਮੈਂ ਰੋਟੀ ਰੋਟੀ। ਕੁੜੇ ਪਕਾ ਦੀ ਰੋਟੀ ਰੋਟੀ ਕੋਈ ਖਵਾਵੇਂਗੇ ਕਿ ਨਾ ਅੱਜ ਰੋਟੀਆਂ? ਚਲੋ ਉੱਥੇ ਲਿਆ ਦੀ ਮੈਨੂੰ ਪਾ ਕੇ, ਮੈਂ ਤਾਂ ਬਾਹਰ ਜਾਂਦੀ ਹਾਂ ਪਸ਼ੂ ਪਸ਼ੂ ਦੇਖਦੀ ਹਾਂ। ਮੜੀ ਸਬਜ਼ੀ ਗਰਮ ਕਰ ਲਾ, ਠੰਡੀ ਜੀ ਹੈ ਫਿਰ ਕਿਉਂ ਜਾਣ ਕਰਨਾ ਹੈਗਾ। ਚਲੋ ਬੇਬੀ ਨੂੰ ਖੜਾ ਕੇ ਆਵਾਂ, ਗਰਮ ਗਰਮ ਖਾ ਲੈਣਗੇ। ਮੈਂ ਤਾਂ ਕੀ ਖਾਊਂਗੀ, ਪਤਾ ਨਹੀਂ ਕਹਿੰਦੇ ਸੀ ਮੱਝਾਂ ਦੇਖ ਕੇ ਆਉਣੀ। ਲੈ ਮੈਂ ਰੋਟੀ ਖਾ ਲਾ। ਲਿਆ ਡੂਢ ਘੰਟਾ ਲਾਤਾ ਰੋਟੀ 'ਤੇ, ਬਸ ਪਕਾ ਕੇ ਉਹਦੀ ਪਾ ਲਈ ਮੈਂ ਤਾਂ ਆਪ ਵੀ ਨਹੀਂ ਖਾਧੀ। ਇੰਨਾ ਟਾਈਮ ਲੱਗਦਾ ਹੁੰਦਾ? ਅਤੇ ਉਹ ਮੁੰਡੇ ਦਾ ਪਤਾ ਪੁਤਾ ਕਰਿਆ ਨਹੀਂ? ਫੋਨ ਫਾਨ ਕਰਿਆ ਨਹੀਂ? ਮਾੜਾ ਮੋਟਾ ਵੀ ਕਿੱਥੇ ਗਿਆ ਉਹ ਤੜਕੇ ਦਾ ਨਿਕਲਿਆ? ਨਾ ਮੈਂ ਕਰਿਆ ਨਹੀਂ ਹੈਗਾ ਫੋਨ, ਤਾਂ ਫਿਰ ਮੈਂ ਕਰਦੀ ਹਾਂ ਪੁੱਛ ਲੈਂਦੀ ਹੈਗੀ। ਉਹ ਤਾਂ ਕਿਸੇ ਨਾਲ ਬਸ ਰਲ ਗਿਆ, ਨਹੀਂ ਤਾਂ ਉਹਨੂੰ ਆ ਜਾਂਦਾ। ਕੱਲ੍ਹ ਦੀ ਗੱਲ, ਉਹ ਛੱਡ ਕੇ ਗਿਆ ਸੀ ਤਾਰੀ, ਉਹਨੂੰ ਅੱਜ ਫਿਰ ਉਹ ਤਾਂ ਕਿਤੇ ਬਹਿ ਗਿਆ ਹੋਊ, ਜਾ ਕੇ ਮਿਲ ਗਿਆ ਕੋਈ ਮਿੱਤਰ ਬੇਲੀ ਉਹਦੋਂ। ਚਲੋ ਕੋਈ ਨਾ, ਲਾਉਣ ਫੋਨ ਲਾਉਣੀ ਹੈਗੀ। ਮੈਨੂੰ ਤਾਂ ਐਂ ਸੀ ਮਾੜਾ ਮੋਟਾ ਤੂੰ ਸੁਧਾਰ ਕਰੇਂਗੀ, ਤੂੰ ਤਾਂ ਜ਼ਮੀਨ ਹੀ ਗੌਰ ਕਰਦੀ ਉਹਦੀ, ਤੇਰਾ ਤਾਂ ਬਸ ਪਾਠ ਹੀ ਚੱਲਦਾ ਸਾਰਾ ਦਿਨ। ਪਹਿਲਾਂ ਤਾਂ ਵੱਗ ਗਈ। ਹੈਲੋ, ਕੌਣ ਹੈ ਵੀਰੇ? ਹੈਲੋ, ਕੌਣ ਬੋਲਦੇ ਵੀਰੇ? ਹਾਂਜੀ, ਹਿੰਦਰ ਕੇਕਰ ਬੋਲਦੇ ਤੁਸੀਂ? ਹਾਂ ਵੀਰੇ, ਹਿੰਦਰ ਕੇਕਰ ਬੋਲਦੇ ਆ। ਹਾਂ ਵੀ, ਫੋਨ ਤਾਂ ਹਿੰਦਰ ਦਾ ਹੀ ਹੈ ਨਾ, ਇੱਥੇ ਆਪਣਾ ਥਾਈ ਕੋਲੇ ਡਿੱਗਿਆ ਪਿਆ ਸੀ, ਤੇ ਫੋਨ ਫਾਨੇ ਦਾ ਡਿੱਗਿਆ ਪਿਆ ਤਾਂ ਮੈਂ ਦੇਖਿਆ ਇੱਥੇ। ਅੱਛਾ ਵੀਰੇ। ਹਾਂਜੀ, ਫਿਰ ਤੁਸੀਂ ਕਿਵੇਂ ਕਰੋਗੇ, ਛੱਡ ਕੇ ਜਾਓਗੇ ਵੀਰੇ? ਹੁਣ ਤੁਹਾਡੇ ਹੈ ਨਹੀਂ ਕੋਈ ਲੈ ਕੇ ਜਾਣਾ? ਤੇ ਮੈਂ ਕੰਮ ਜਾਂਦਾ ਸੀ ਮੁੰਡਾ ਜੀ, ਤੇ ਚਲੋ ਨਹੀਂ ਛੱਡ ਜਾਣਾ ਜੇ ਕਹਿੰਦੇ ਹੋ। ਛੱਡ ਕੇ ਜਾਇਓ ਵੀਰੇ, ਕੋਈ ਨਹੀਂ ਹੈਗਾ ਘਰੇ, ਤਾਂ ਤੁਹਾਨੂੰ ਪਤਾ ਹੀ ਹੈਗਾ ਵੀਰ ਬਣ ਕੇ ਹੱਥ ਬੰਨ ਕੇ ਬੇਨਤੀ ਇਹਨੂੰ ਘਰੇ ਛੱਡ ਜਾਓ। ਕੋਈ ਨਾ ਬਾਈ, ਛੱਡ ਜਾਂਦਾ ਸਾਰਾ। ਇਹ ਮੇਰਾ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਸਮਰੱਥ ਬਖਸ਼ੋ, ਆਪਣੀ ਕਿਰਪਾ ਬਣਾ ਕੇ ਰੱਖਿਓ। ਨਾ ਹੁਣ ਬੇਬੇ ਪਤਾ ਨਹੀਂ ਕੀ ਕਹਿਣਗੇ, ਤਾਂ ਮੈਨੂੰ ਭਾਜ ਭਾਜ ਪੈਣਗੇ। ਖਾ ਲਿਓ ਰੋਟੀ। ਹਾਂ ਖਾ ਲਈ। ਕਰਿਆ ਨਹੀਂ ਫੋਨ ਪਾਉਣਾ ਉਹਨੂੰ ਮੁੰਡੇ ਨੂੰ? ਕਰਿਆ ਸੀ ਬੇਬੇ, ਉਹੀ ਦੱਸਣ ਆਈ ਹੈਗੀ। ਉਹ ਤਾਂ ਫੋਨ ਕਿਸੇ ਨੇ ਹੋਰ ਹੀ ਚੱਕ ਲਿਆ, ਉਹ ਤਾਂ ਕਹਿੰਦੇ ਉੱਥੇ ਡਿੱਗਿਆ ਪਿਆ ਹੈਗਾ। ਬਸ ਉਹੀ ਗੱਲ ਹੋ ਗਈ ਜਿਹੜੀ ਕਹਿੰਦੀ ਸੀ ਮੈਂ, ਤੂੰ ਵੀ ਨਹੀਂ ਗੌਰ ਕਰਦੀ ਤੜਕੇ ਦੀ, ਨੇ ਤਾਂ ਉਹਨੂੰ ਫੋਨ ਹੀ ਨਹੀਂ ਕਰਿਆ ਕਿਸੇ ਤੋਂ ਬਿਨਾਂ। ਹੁਣ ਕਰਿਆ ਸੀ ਫਿਰ, ਹੁਣ ਲੱਤ ਸੁਨੇਹਾ ਬਸ ਉਹਨਾਂ ਨੂੰ ਤਾਂ, ਹੁਣ ਫਿਰ ਕੀ ਬਣੂ? ਉਹ ਤਾਂ ਕਹਿੰਦਾ ਸੀ ਬੇਬੇ, ਕਹਿੰਦਾ ਮੁੰਡਾ ਕਹਿੰਦਾ ਮੈਂ ਛੱਡ ਜਾਣਾ, ਪਤਾ ਨਹੀਂ ਕੌਣ ਸੀਗਾ। ਇਹੀ ਹਾਲ ਇਹਦੇ ਪਿਓ ਦਾ ਸੀ, ਇਹੀ ਹਾਲ ਹੁਣ ਇਹਦਾ ਹੋ ਗਿਆ। ਤਾਂ ਤੜਕੀ ਦੇ ਤੇ ਹੋਣਗੇ ਜਾਂਦੇ ਨੂੰ ਪੈਸੇ?
ਮੈਂ ਤਾਂ ਕਿੱਥੋਂ ਦੇਤੇ, ਮੈਂ ਪੈਸੇ ਬਾਹਰੋਂ ਭਾਵੇਂ ਕਿਸੇ ਤੋਂ ਫੜ ਲਏ ਹੋਣ। ਫਿਰ ਹੁਣ ਉਹ ਤਾਂ ਚੱਲ ਠੀਕ ਹੈ, ਕਿਸੇ ਤੋਂ ਫੜ ਲਏ ਹੋਣਗੇ। ਤੂੰ ਐਂ ਦੱਸ ਮੈਨੂੰ ਉਹ ਕੀ ਕਹਿੰਦਾ ਸੀ ਵੀ ਛੱਡ ਕੇ ਜਾਣਗੇ ਕਿ ਨਾ, ਕਿ ਕਿਸੇ ਨੂੰ ਹੋਰ ਭੇਜਾਂ ਮੈਂ? ਮੇਰੇ ਤਾਂ ਭਾਅ ਦੀ ਬਣੀ ਪਈ ਹੈ, ਤੂੰ ਤਾਂ ਬੈਠੀ ਹੈ ਹੁਣ ਆਰਾਮ ਨਾਲ। ਮੈਂ ਕਿਹਾ ਤਾਂ ਹੈਗਾ ਵਾ, ਮੁੰਡੇ ਨੇ ਕਹਿੰਦਾ ਮੈਂ ਛੱਡ ਜਾਂਦਾ ਹੈਗਾ। ਚੱਲ ਚੱਲ ਜੀ ਕੁ ਲੈਂਦੇ ਹਾਂ ਪਿੰਡ, ਲੈ ਮੈਂ ਭਾਂਡੇ ਜੇ ਧੋਏ ਆਵਾਂ। ਬਾਹਲੀ ਵੀ ਰੱਬਾ, ਪਹਿਲਾਂ ਵੀ ਇਹਦੇ ਪਿਓ ਦਾ ਵੀ ਇਹੀ ਹਾਲ ਸੀ, ਹੁਣ ਇਹਦਾ ਵੀ ਇਹੀ ਹੋ ਗਿਆ। ਆ ਰਹਿੰਦੀ ਜ਼ਿੰਦਗੀ ਵੀ ਬਸ ਐਂ ਬਤੀਤ ਕਰਨੀ ਪਊ ਮੈਨੂੰ ਤਾਂ, ਕਰਮਾਂ 'ਚ ਲਿਖੀ ਇਹੋ ਜਿਹਾ ਕੁਛ ਹੈ। ਆ ਗਿਆ ਮੈਨੂੰ ਲੱਗਦੀ। ਪਰਵਿੰਦਰ ਪਰਵਿੰਦਰ ਬੂਹਾਂ ਮਰ ਗਿਆ, ਕੌਣ ਛੱਡ ਕੇ ਗਿਆ? ਖੜੇ ਹੋ, ਪੈਰ ਚ ਚੰਗਾ ਭਲਾ ਸੀ ਦੇਖ ਲਾ, ਵਧੀਆ ਕੰਮ ਕਰਦਾ ਸੀ, ਹੋਰ ਹੀ ਪੁੱਠੇ ਰਾਹ ਪੈ ਗਿਆ ਮੂੰਹ ਨੂੰ ਲਾ ਦੇ। ਟੀਕਾ ਲਵਾਉਣਾ ਪਊ, ਟੀਕਾ ਕੌਣ ਲਵਾਵੇ? ਕੌਣ ਲਿਆ ਬੇਟਾ ਡਾਕਟਰ? ਟੀਕਾ ਲਵਾ ਦੇ, ਨਾ ਪੀਆ ਕਰ ਪਹਿਲਾਂ, ਪੀ ਆਊ ਫਿਰ ਟੀਕਾ ਲਵਾ ਦਿਓ। ਰੋਜ਼ ਡਾਕਟਰਾਂ ਨੂੰ ਕੌਣ ਸੱਦੇ? ਲਵਾਉਣਾ ਪਊ, ਹੁਣ ਕਿਹਨੂੰ ਭੇਜੀਏ ਸੱਦਣ ਡਾਕਟਰ ਦੇ? ਰੋਜ਼ ਇਹਦੇ ਦਿਨ ਉਧਰੋਂ ਪੈਸੇ ਖੜੇ ਕਰ ਦਿੰਦਾ, ਨਾਲੇ ਪੀ ਆਉਂਦਾ। ਨਿੰਬੂ ਨੂੰ ਬੂਆ ਪਾਣੀ ਗਾਲ ਦੇ, ਘੁੱਟ ਲੋਟ ਹੋ ਜੂ ਮਾੜਾ ਮੋਟਾ। ਕਿਹਾ ਸੀ ਮਾਂ ਕਹਿੰਦਾ ਪੀਣਾ ਨੀ ਨਿੰਬੂ ਵਾਲਾ ਪਾਣੀ, ਪੀ ਲੂਗਾ ਫਿਰ ਉਹਦੇ ਨਾਲ ਹੀ ਲੋਟ ਹੋਊ। ਟੀਕਾ ਲਵਾ ਦੋ ਨਾ, ਇਹ ਤੇ ਹੁਣ ਰੋਟੀ ਬਚੇ ਫਿਰ। ਟੀਕਾ ਕਹੀ ਜਾਂਦਾ ਕਹਿੰਦਾ ਟੀਕਾ ਲਵਾ ਦਿਓ, ਟੀਕਾ ਲਵਾ ਦੇ। ਟੀਕੇ ਨਾਲ ਕੀ ਹੋਊਗਾ? ਨਿੰਬੂ ਵਾਲਾ ਪਾਣੀ ਲਿਆ ਦੇ, ਤੂੰ ਨੀ ਸੁਣਦੀ, ਤੂੰ ਆਪਦੀ ਚਲਾਈ ਜਾਂਦੀ ਆ ਖੜੀ। ਆਹੋ ਲਵਾਂ ਕੇਰਾ, ਤੁਸੀਂ ਡਾਕਟਰ ਕੋਲੇ ਜਾਇਓ, ਇਹਦੇ ਕੇਰਾ ਟੀਕਾ ਟੂਕਾ ਲਵਾ ਦਿਓ ਹੁਣ।
ਫਿਰ ਉਹਦੇ ਬਾਅਦ ਆਪਾਂ ਦੇਖਾਂਗੇ ਕੀ ਬਣਦਾ। ਮੈਂ ਦੇਖ ਲੈਣੀ ਜੇ ਆਊਗਾ ਭਾਈ, ਪਾਣੀ ਨਾ ਡੋਲ ਦਿਓ, ਪਤਾ ਲੈ ਆਉਣੀ ਹੈ ਜਾ ਕੇ। ਹੋਰ ਪੀ ਲਓ, ਪੀ ਲਓ, ਠੀਕ ਹੋ ਜਾਓਗੇ। ਕਿਹੜਾ ਪਾਣੀ ਪੀਤਾ, ਦੋ ਕੁੱਟਾਂ ਭਰੀਆਂ ਨੇ, ਸੈੱਟ ਹੋ ਜਾਂਦੇ ਜੇ। ਤੁਸੀਂ ਐਂ ਕਰੋ ਫਿਰ ਇੱਕ ਅੱਧੀ ਰੋਟੀ ਖਾ ਲਓ, ਗਾਜਰਾਂ ਦੀ ਸਬਜ਼ੀ ਬਣਾਈ ਹੈਗੀ, ਠੀਕ ਹੋ ਜਾਊਗਾ, ਸੋਚਿਤ ਜਿਹਾ ਠੀਕ ਹੋ ਜਾਊਗਾ। ਹੋ ਜਾਊਗਾ ਠੀਕ ਤਾਂ। ਲੈ ਦੇ ਰੋਟੀ ਫਿਰ। ਬੇਬੇ ਤਾਂ ਫਿਰ ਮੈਨੂੰ ਜਮੀ ਨੀ ਖੜਾ ਛੱਡਣਾ, ਤਾਂ ਗਾਲਾਂ ਕੱਢਣ ਗਏ, ਦਵਾਈ ਲੈਣ ਗਏ ਨੇ। ਰੋਟੀ ਖਾ ਲੂ, ਰੋਟੀ ਖਾ ਲੂ, ਤੁਸੀਂ ਐਂ ਖਾ ਲਓ, ਐਂ ਵੀ ਖਾ ਲਓਗੇ ਰੋਟੀ, ਤਾਂ ਇੱਕ ਰੋਟੀ ਖਾ ਲਓ, ਚੱਲ ਨਾ ਵਾਲੀ ਖਾਣੀ ਹੈ। ਮੈਂ ਲੰਘਦੀ ਨਹੀਂ ਹੁੰਦੀ ਹੈ, ਤੁਹਾਨੂੰ ਪਤਾ ਹੁੰਦਾ ਲੰਘਦੀ ਨਹੀਂ, ਮੈਂ ਉਹਦੇ ਨਾਲ ਰੋਟ ਹੋ ਜੂੰਗਾ। ਫਿਰ 100 ਤਾਂ ਨਹੀਂ ਹੈਗਾ ਮੇਰੇ ਕੋਲ, ਤਾਂ 200 ਰੁਪਏ ਹੈਗਾ ਬੱਜਿਆ। ਕੱਲ ਦੇ ਦੇ ਫਿਰ 200 ਦੇ ਦੇ। ਹਾਂ ਮਾਸੀ ਦਾ ਮੁੰਡਾ ਆਇਆ ਸੀਗਾ, ਉਹ ਦੇ ਗਿਆ ਸੀ ਕੱਲ ਸਗਨ, ਉਹੀ 200 ਰੁਪਏ। 200 ਦੇ ਦੇ ਫਿਰ, ਦੇ ਦੇ, ਮੈਂ ਲੋਟ ਹੋ ਜੂੰ, ਮੈਂ ਰੋਟੀ ਖਾ ਲੂੰਗਾ। ਫਿਰ ਚੰਗਾ ਐਂ ਕਰਿਓ, ਜੇ ਬੇਬੇ ਆ, ਰੋਟੀ ਖਾ ਲੂੰ ਮੈਂ, ਬੇਬੇ ਨੂੰ ਪਤਾ ਨਾ ਲੱਗੇ ਵੀ ਪੈਸੇ ਲੈ ਕੇ ਗਿਆ ਇਹ ਤੋਂ ਕੁਲਵਿੰਦਰ ਤੋਂ, ਪਤਾ ਨਹੀਂ ਲੱਗਣਾ ਤਾਂ ਬੇਬੇ ਨੂੰ। ਹਾਂ ਮੈਨੂੰ ਗਾਲਾਂ ਕੱਢੂਗੀ ਫਿਰ ਉਹ। ਉਹ ਤਾਂ ਇੱਥੇ ਬਸ ਰੋਟੀ ਖਾਂਦਾ ਪੈ ਜਾਂਦਾ, ਬਸ ਸਹੀ ਗੱਲ। ਹੋ ਵਾਹਿਗੁਰੂ ਸੱਚੇ ਪਾਤਸ਼ਾਹ। ਚੱਲ ਇਹ ਤਾਂ ਸੌਂ ਗਏ ਹੁਣ 2 ਮਿੰਟਾਂ 'ਚ, ਸਵੇਰੇ ਵੀ ਨਹੀਂ ਹੋ ਪਿਆ, ਰੱਬ ਦਾ ਨਾਮ ਲੈ ਲਾ। ਕੋਈ ਹੋਰ ਲੱਗਦਾ ਹੈ ਬਾਹਰ, ਕਿਉਂ ਖੜਕਾਈ, ਦੇਖੋ ਕੌਣ ਹੈ। ਪਰਮਜੀਤ ਆ ਗਈ। ਹੋਰ ਕਿਵੇਂ ਕੁਲਵਿੰਦਰ? ਸਤਿ ਸ੍ਰੀ ਅਕਾਲ, ਠੀਕ ਹੋ? ਠੀਕ ਠਾਕ ਜੀ, ਤੁਸੀਂ ਦੱਸੋ? ਹਾਂ ਵਧੀਆ, ਹੋਰ ਠੀਕ ਹੈ ਆਪਣੇ ਸਾਰੇ? ਸਾਰੇ ਠੀਕ ਹੈ ਵਧੀਆ, ਕਿਵੇਂ ਚਾਣਕੀ ਆਉਣ ਜਾਣਾ, ਨਾ ਫੋਨ ਨਾ ਫਾਨ, ਮੈਂ ਕਿਹਾ ਸਰਪ੍ਰਾਈਜ਼ ਦੇਵਾਂਗੇ ਅੱਜ। ਚੱਲ ਚੰਗੀ ਗੱਲ ਹੈ, ਵਾਹਲੀ ਵਧੀਆ ਕਰਿਆ ਤਾਂ। ਹੋਰ ਠੀਕ ਸੀ, ਸਾਰੇ ਠੀਕ ਨੇ? ਸਾਰੇ ਠੀਕ ਆ, ਅੱਜ ਤਾਂ ਬਾਹਲੀ ਚੰਗਾ ਦਿਨ ਚੜਿਆ ਸੀ ਨਾ, ਅਚਾਨਕ ਔਖਾ ਬਣ ਗਿਆ ਸਾਡਾ ਆਉਣ ਦਾ। ਹੋਰ ਕੀ ਕਰਦੇ ਸੀ? ਕੁਛ ਨਹੀਂ, ਬਸ ਕੰਮ ਧੰਦਾ ਜਿਹਾ ਕਰਕੇ ਬੇਬੇ ਬਾਹਰੇ ਵਗ ਗਈ, ਡਾਕਟਰ ਦੀ ਦਵਾਈ ਵੀ ਲੈਣ ਗਏ ਸੀਗੇ। ਬਾਈ ਕਿਵੇਂ ਢਿੱਲੇ ਨੇ ਪਏ ਨੇ? ਢਿੱਲੇ ਤਾਂ ਕਾਹਨੂੰ, ਉਹ ਵੀ ਪੈ ਗਏ ਦੁਪਹਿਰੇ, ਧੁੱਪੇ ਜੇ ਕਰਕੇ ਪਏ। ਉਹ ਮਾਸੀ ਨਹੀਂ ਦਿਸਦੇ ਘਰੇ, ਕਿਤੇ ਗਏ ਹੋਏ ਆ? ਹਾਂ ਉਹ ਦਵਾਈ ਜੀ ਲੈਣ ਗਏ ਨੇ, ਇਹ ਕਹਿੰਦੇ ਸਿਰ ਦੁਖੀ ਜਾਂਦਾ ਹੈਗਾ। ਅੱਛਾ, ਤੇ ਮੈਨੂੰ ਦਵਾਈ ਲਿਆ ਦਿਓ, ਕਹਿੰਦੇ ਚੱਲ ਮੈਂ ਲਿਆ ਦੇਣੀ ਜਾਂ। ਅੱਛਾ, ਆਉਣ ਵਾਲੀ ਹੋਣਗੀ। ਇੱਕ ਠੰਡ ਵੀ ਬਾਹਲੀ ਆ ਹੁਣ। ਹਾਂ ਠੰਡ ਕਰਕੇ ਬਸ ਨੇਹਾ ਤੜਕੇ ਪਾਣੀ ਲਾਉਣ ਗਏ ਸੀ ਨਾ। ਅੱਛਾ, ਹਾਂ ਉਹਦਾ ਕਰਕੇ ਫਿਰ ਹਵਾ ਹੁਵਾ ਵੱਜ ਜਾਂਦੀ ਹੈ, ਤੁਹਾਨੂੰ ਪਤਾ ਹੀ। ਆਈ ਹੁੰਦਾ, ਸਹੀ ਗੱਲ। ਹੋਰ ਕੀ ਕਰਦੇ ਹੁਣ ਉਹਦੇ ਨੇ? ਸਿਲਾਈ ਸਲੂਈ ਤਾਂ ਕਰ ਲੈਂਦੇ ਹੁਣ? ਨਾ ਕੋਈ ਨਹੀਂ, ਸਿਲਾਈ ਸਲੂਈ ਤਾਂ ਹੁੰਦੀ, ਤੁਹਾਨੂੰ ਪਤਾ ਹੀ ਹੈ ਬਸ ਘਰ ਦਾ ਪਰਿਵਾਰ ਦਾ ਕੰਮ ਹੈ, ਸੁੱਖ ਨਾਲ ਇੱਕ ਖਾਸਾ ਹੋ ਜਾਂਦਾ ਹੈਗਾ। ਅੱਛਾ, ਤੇ ਕਿਉਂ ਤੜਕੇ 8-9 ਤਾਂ ਆਪਾਂ ਨੂੰ ਅੱਜ ਕੱਲ੍ਹ ਰੋਟੀ ਨੂੰ ਵੀ ਵੱਜ ਜਾਂਦੇ ਨੇ। ਉਹੀ ਤਾਂ ਹੈ। ਹੋਰ ਪਤਾ ਨਹੀਂ ਸਵਾਲ ਦੇ, ਮੈਂ ਮੈਡੀਕਲ ਦਾ ਕੰਮ ਵਧੀਆ ਲੈਂਦਾ। ਹਾਂ ਹਾਂ ਕੁਲਵਿੰਦਰ ਵਧੀਆ, ਉਹਨਾਂ ਦਾ ਕੰਮ ਤਾਂ ਵਧੀਆ ਚੱਲਦਾ।
ਲੈ ਉਹ ਆ ਗਈ ਬੇਬੇ, ਮੈਂ ਤਾਂ ਇਹਨੂੰ ਕਹਿਤਾ ਸੀਗਾ ਵੀ ਇਹਦਾ ਸਿਰ ਦੁਖੀ ਜਾਂਦਾ, ਕਿਤੇ ਹੋਰ ਨਾ ਕੇ ਭਾਂਡਾ ਭੰਨ ਲਏ, ਇਹ ਤਾਂ ਸ਼ਰਾਬ ਦਾ ਡੱਕਿਆ ਹੋਇਆ ਸੀਗਾ। ਚਾਹ ਬਣਾ ਕੇ ਲਿਆਉਂਗਾ। ਮਾਸੀ ਦਵਾਈ ਲੈਣ ਗਈ ਸੀ? ਹਾਂ ਦਵਾਈ ਲੈ ਕੇ ਆਈ ਸੀ ਪੁੱਤ ਮੈਂ। ਹਾਂ ਕੁਲਵਿੰਦਰ ਦੱਸਦੀ ਸੀ, ਕਹਿੰਦੀ ਸਿਰ ਦੁਖੀ ਜਾਂਦਾ ਬਾਈ ਦਾ। ਸਿਰ ਦੁਖੀਆਂ ਦਾ ਰੋਜ਼ ਦਾ ਹੀ ਕੰਮ ਹੈ ਪੁੱਤ ਇਹਦਾ ਤਾਂ। ਕਿਉਂ ਮਾਸੀ, ਕੀ ਗੱਲ ਹੋ ਗਈ? ਹੋਰ ਦਾਰੂ ਪੀ ਲੈਂਦਾ। ਅੱਛਾ, ਬਸ ਉਹ ਫਿਰ ਵੱਧ ਪੀ ਲੈਂਦਾ, ਜਦੋਂ ਫਿਰ ਸਿਰ ਦੁਖਣ ਲੱਗ ਜਾਂਦਾ, ਫਿਰ ਡਾਕਟਰਾਂ ਮੰਨੀ ਭੇਜੀ ਵੱਜਦਾ, ਮੇਰੇ ਵਰਗੀ ਤੋਰੀ ਫਿਰਦਾ, ਮੇਰੇ ਟੀਕਾ ਲਵਾ ਦੇ, ਮੈਨੂੰ ਦਵਾਈ ਲਿਆ ਦੇ, ਬਸ ਆਹੀ ਕੰਮ ਹੈ ਇਹਦਾ। ਫਿਰ ਬਾਹਲਾ ਔਖਾ ਹੈ ਨਾ ਇਹ ਤਾਂ। ਔਖਾ ਤਾਂ ਹੈਗਾ। ਤੈਨੂੰ ਦੱਸਿਆ ਨੀ ਕੁਲਵਿੰਦਰ? ਨਾ, ਉਹਨਾਂ ਤਾਂ ਮੈਨੂੰ ਕੋਈ ਗੱਲ ਨਹੀਂ ਦੱਸੀ ਹੈਗੀ, ਐਵੇਂ ਕਹਾਂ ਉਹ ਨਹੀਂ ਦੱਸਦੀ, ਉਹ ਤਾਂ ਪਰਦਾ ਰੱਖਦੀ ਹੈ ਇਹਦਾ। ਅੱਛਾ, ਮੈਨੂੰ ਪਤਾ ਹੈ। ਫਿਰ ਉਹ ਤਾਂ ਬਾਹਲਾ ਔਖਾ ਹੈ, ਪਰਦਾ ਕਾਹਦਾ, ਜਦੋਂ ਹੁਣ ਪੀਂਦਾ ਤਾਂ ਹੈਗਾ, ਜਲੂਸ ਤਾਂ ਕੱਢਿਆ ਮੈਂ ਪਿੰਡ 'ਚ। ਫਿਰ ਉਹੀ ਤਾਂ ਹੈ ਨਾ, ਤਾਂ ਫਿਰ ਬਾਹਲਾ ਛੱਡ ਕੇ ਗਿਆ ਕੋਈ ਮੁੰਡਾ ਆ ਕੇ ਅੱਜ ਵੀ। ਅੱਛਾ, ਹੋਰ ਬਾਹਲਾ ਔਖਾ ਹੋ ਜਾਂਦਾ ਇਹ ਤਾਂ। ਔਖਾ ਤਾਂ ਹੈਗਾ ਹੀ। ਪਰਮਜੀਤ ਸਾਹਿਬ ਲੈ ਪੀ ਲੈ ਲੈ ਤਾਂ। ਨਾ, ਮੈਂ ਨਹੀਂ ਪੀਣੀ ਭਾਈ। ਪੀ ਲੈਂਦੇ ਥੋੜ੍ਹੀ ਜਿਹੀ? ਨਾ, ਮੈਂ ਤਾਂ ਨਹੀਂ ਪੀਣੀ, ਤੇਜ਼ਾਬ ਜਿਹਾ ਬਣਿਆ ਪਿਆ ਮੇਰਾ। ਮੈਂ ਤਾਂ, ਤੁਸੀਂ ਪੀ ਲਓ ਦੋਨੇ ਭੈਣਾਂ ਬਾਈ, ਕਿਨੇ ਗੱਲਾਂ ਬਾਤਾਂ ਕਰ ਲਓ। ਮੈਂ ਦੇਖਦੀ ਮੱਝਾਂ ਨੂੰ ਕੱਖ ਉੱਖ ਪਾਏ ਨਹੀਂ ਕਿ ਨਾ। ਹਾਂ ਦੇਖ, ਫਿਰ ਬਸ ਮੈਂ ਪਵਾ ਦੂੰਗੀ ਨਾਲ, ਦੇਖ ਲਓ ਕੋਈ ਖੁੱਲ੍ਹੀ ਖਾਲੀ ਨਾ ਹੋਵੇ, ਅੱਖ ਤਾਂ ਮੈਂ ਪਵਾ ਦੂੰਗੀ। ਮੈਂ, ਮਾਸੀ ਨੇ ਤਾਂ ਮੈਨੂੰ ਹੋਰ ਹੀ ਗੱਲ ਦੱਸੀ ਹੈ ਕੁਲਵਿੰਦਰ, ਤੁਸੀਂ ਤਾਂ ਦੱਸਿਆ ਹੀ ਨਹੀਂ ਮੈਨੂੰ ਵੀ ਬਾਈ ਬਾਹਲੀ ਸ਼ਰਾਬ ਪੀਣ ਲੱਗ ਗਏ। ਹਾਂ ਪਰ ਮੈਨੂੰ ਤਾਂ ਉਹੀ ਨਹੀਂ ਬਸ ਭੈਣੇ ਗੱਲ ਕਰੀ ਹੈਗੀ, ਫਿਰ ਮੈਨੂੰ ਐਂ ਰਹਿੰਦਾ ਚੱਲ ਆਪ ਤਾਂ ਦੁਖੀ ਹੈਗੇ, ਭੈਣ ਭਾਈ ਦਾ ਵੀ ਮਨ ਦੁਖੀ ਹੁੰਦਾ ਹੈਗਾ, ਇਹਨਾਂ ਨੂੰ ਤਾਂ ਇਹੀ ਹਾਲ ਹੈ ਇਹਨਾਂ ਦਾ ਤਾਂ। ਨਹੀਂ ਵੀ ਪਹਿਲਾਂ ਤੋਂ ਹੀ ਪੀਂਦੇ ਕਿ ਹੁਣ ਹੀ ਲੱਗੇ ਆ ਪੀਣ? ਨਾ, ਪੀਂਦੇ ਤਾਂ ਫਿਰ ਪਹਿਲਾਂ ਤੋਂ ਹੀ ਨੇਗੇ ਇਹ, ਵੀ ਉਵੇਂ ਜ਼ਿਕਰ ਹੀ ਨਹੀਂ ਆਏ, ਹੁਣ ਜਿਵੇਂ ਲਾ ਲਓ ਸਾਹਿਬ ਵੀ ਠੀਕ ਹੋਣ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ। ਅੱਛਾ, ਤਾਂ ਬਾਹਲਾ ਔਖਾ ਹੈ ਨਾ। ਮੈਂ ਤੈਨੂੰ ਕਿੰਨੇ ਵਾਰੀ ਫੋਨ ਵੀ ਲਾਇਆ, ਤੁਸੀਂ ਕਦੇ ਦੱਸਿਆ ਹੀ ਨਹੀਂ ਹੈਗਾ ਵੀ ਐਂ ਕਰਦੇ ਆ ਨਾ। ਬਸ ਤੁਹਾਨੂੰ ਪਤਾ ਹੀ ਹੈ ਭੈਣੇ, ਸਾਹੀ ਹਾਲ ਹੈਗਾ। ਮੈਂ ਤਾਂ ਹੁਣ ਨਾ ਫਿਰ ਗੱਲ ਕਿਸਮਤ ਦੀ ਛੱਡ ਰੱਖੀ ਆ ਪਰਮਜੀਤ। ਹਾਂ ਚਲੋ, ਜੇ ਮੈਂ ਮੇਰੀ ਕਿਸਮਤ ਦੇ ਵਿੱਚ ਲਿਖਿਆ ਹੋਇਆ, ਫਿਰ ਮੈਂ ਸਾਰਾ ਦਿਨ ਹਾਲ ਹਾਲ ਮੈਂ ਐਂ ਵੀ ਨਹੀਂ ਕਰਦੀ ਹੈਗੀ, ਮੈਨੂੰ ਬੇਬੇ ਕਹਿ ਦਿੰਦੇ ਵੀ ਤੂੰ ਇਹਨੂੰ ਕੁਛ ਕਹਿੰਦੀ ਨਹੀਂ ਹੈਗੀ, ਅਤੇ ਫਿਰ ਮੈਨੂੰ ਇੱਕ ਗੱਲ ਤਰਸ ਵੀ ਆਉਂਦਾ ਇਹਨਾਂ 'ਤੇ ਵੀ ਇਹਨਾਂ ਦੀ ਵੀ ਕਿਸਮਤ ਹੌਲੀ ਹੋਈ ਹੈ ਦੇਖ, ਹੈ ਨਾ। ਇਹ ਤਾਂ ਹੈ, ਸਾਰਾ ਦਿਨ ਬੇਬੇ ਹਾਲ ਹਾਲ ਕਰਦੀ ਹੈ, ਹੁਣ ਹਰੇਕ ਰਿਸ਼ਤੇਦਾਰ ਦੇ ਫਿੱਟੇ ਮੂੰਹ ਦਿੰਦਾ ਹੈਗਾ, ਅਤੇ ਫਿਰ ਮੈਂ ਹੁਣ ਕਹਿੰਦੀ ਵੀ ਨਹੀਂ ਵੀ ਇਹਨੂੰ ਕੋਈ ਵੀ ਨਹੀਂ ਹੈਗਾ ਹੁਣ ਇਹਦੇ ਸੁਣਨ ਵਾਲਾ, ਭਾਵੇਂ ਇਹਦੀ ਕਿਸਮਤ ਦੇ ਵਿੱਚ ਦੇਖ ਲਿਖਿਆ ਫੇਰ ਹੀ ਕਰਦਾ ਇਹ ਵੀ। ਇਹ ਤਾਂ ਹੈ, ਤੁਸੀਂ ਨਾ ਇਹ ਕਰਿਆ ਕਰੋ ਬਸ, ਅਰਦਾਸ ਕਰਿਆ ਕਰੋ ਦਿਨ, ਤਾਂ ਕੋਈ ਨਾ ਕੋਈ ਨਾ ਕਦੇ ਨਾ ਕਦੇ ਤਾਂ ਪਰਮਾਤਮਾ ਜ਼ਰੂਰ ਸੁਣੂਗਾ ਆਪਣੀ। ਉਹ ਤਾਂ ਪਰਮਜੀਤ, ਪਰਮਾਤਮਾ ਦੀ ਐਡੀ ਕਿਰਪਾ ਹੈਗੀ, ਦੇਖ ਸਵੇਰੇ ਵੀ ਹੌਸਲਾ ਨਹੀਂ ਛੱਡਣਾ। ਹਾਂ ਸਵੇਰੇ ਵੀ ਨਿਤਨੇਮ ਮੈਂ ਕਰਨਾ ਹੀ ਕਰਨਾ, ਦੇਖ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਕਰਨੇ ਨੇ, ਅਰਦਾਸ ਬੇਨਤੀ ਕਰਨੀ ਹੈਗੀ, ਬਸ ਫਿਰ ਇਹੀ ਮੈਨੂੰ ਵਿਸ਼ਵਾਸ ਬਣਿਆ ਹੋਇਆ। ਹਾਂ ਬਸ ਇਹ ਵਿਸ਼ਵਾਸ ਆਪਦਾ ਨਾ ਬਣਾ ਕੇ ਰੱਖਿਓ, ਨਹੀਂ ਤਾਂ ਇੱਕ ਦਿਨ ਪਰਮਾਤਮਾ ਅਰਦਾਸ ਜ਼ਰੂਰ ਸੁਣੂਗਾ ਤੁਹਾਡੀ। ਹਾਂ ਨਾ, ਇਹ ਤਾਂ ਕਰਦੇ ਹੈਗੇ, ਇਹ ਤਾਂ ਜ਼ਰੂਰ ਕਰਦੀ ਹਾਂ ਮੈਂ, ਦੇਖ ਕਿੰਨੇ ਕੰਮ ਧੰਦਾ ਹੋਵੇ, ਦੇਖੋ ਤਾਂ ਮੈਂ ਕੱਢਣੀ ਟਾਈਮ ਕੱਢ ਕੇ ਨਾ ਬਸ ਜ਼ਰੂਰ ਕਰਿਆ ਕਰਾਂ, ਇਵੇਂ ਕਦੇ ਤਾਂ ਸੁਣਦਾ ਹੀ ਹੈ ਨਾ। ਹਾਂ 12 ਸਾਲਾਂ ਬਾਅਦ ਤਾਂ ਕਹਿੰਦੇ ਹੁੰਦੇ ਪਰਮਾਤਮਾ ਰੱਬ ਰੂੜੀ ਦੀ ਵੀ ਸੁਣ ਲੈਂਦਾ ਹੁੰਦਾ, ਆਪਣੀ ਕਿਉਂ ਨਹੀਂ ਸੁਣੂਗਾ। ਹਾਂ ਹੋਰ, ਹੁਣ ਇਹ ਤਾਂ ਹੈਗਾ ਜੀ, ਬਸ ਪਰਮਾਤਮਾ ਦੀ ਭਰੋਸਾ ਜੀ, ਅਰਦਾਸ ਹੈ ਬਸ, ਇੱਕ ਭਰੋਸਾ ਹੈਗਾ, ਆਪੇ ਚਲੋ ਜਿਵੇਂ ਕਿਸਮਤ ਜਿਵੇਂ ਪਰਮਾਤਮਾ ਨੇ ਲਿਖਿਆ ਹੋਇਆ ਆਪ ਹੀ ਹੋ ਜਾਊਗਾ। ਹਾਂ ਬਸ ਉਹਦੇ 'ਚ ਵਿਸ਼ਵਾਸ ਰੱਖੀ ਆਪਣਾ ਤੂੰ।
ਉੱਠ ਗਏ ਯਾਰ, ਬਹੁਤ ਚਿਰ ਹੋ ਗਿਆ ਬਾਈ ਜੀ ਉੱਠ ਗਏ ਮੈਨਾਂ। ਪਰਮਜੀਦਾਰੀ ਬਾਈ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ, ਤੁਹਾਡੀਆਂ ਗੱਲਾਂ ਭਾਈ ਮੈਨੂੰ ਸੁਣੀ ਜਾਂਦੀਆਂ ਸੀ, ਬਸ ਉੱਠੇ ਜਿਹਾ ਨਹੀਂ ਗਿਆ। ਮੈਨੂੰ ਦਵਾਈ ਦੇ ਓਫਰ ਲਿਆ, ਉਹ ਕਿੱਥੇ ਲਿਆਉਂਦੀ ਜਿਹੜੀ? ਹਾਂ ਗੋਲੀਆਂ ਜਿਹੀਆਂ ਲਿਆਤੀਆਂ ਸੀ ਬੇਬੇ ਨੇ, ਮੈਂ ਲਿਆ ਕੇ ਦਿੰਦੀ। ਠੀਕ ਲੋਟ ਹੋ ਜੂਗਾ ਬੜਾ, ਠੀਕ ਹੋ ਗਿਆ ਹੁਣ ਤਾਂ, ਅੱਗੇ ਨਾਲੋਂ ਫਰਕ ਪੈ ਗਿਆ। ਮੈਂ ਲਿਆ ਦੇਣੀਆਂ ਗੋਲੀਆਂ, ਲਿਆਓ ਕਿਤੇ। ਦੂਜਾ ਤੀਜਾ ਪਾਣੀ ਲੱਗਦਾ ਹਜੇ, ਦੇਖਣ ਨੂੰ ਵਧੀਆ ਲੱਗਦੀ ਕਣਕ। ਠੀਕ ਆ ਕਣਕ, ਕਣਕ ਗੋਡੇ ਗੋਡੇ ਹੋਈ ਖੜੀ ਆ, ਵਧੀਆ ਕਣਕ, ਪੂਰੀ ਵਧੀਆ ਕਣਕ। ਕਮਾਲ ਦਾ ਕੰਮ ਚੱਲਦਾ ਹੁਣ। ਹਾਂਜੀ ਬਾਈ ਜੀ, ਵਧੀਆ ਉਹਨਾਂ ਦਾ ਕੰਮ। ਚਲੋ ਚੰਗੀ ਗੱਲ, ਹਾਂਜੀ ਬਹੁਤ ਮਿਹਨਤ ਕਰਦਾ ਹੈਗਾ ਆਪਣੀ। ਹਾਂਜੀ ਹਾਂ, ਮਿਹਨਤ ਬਹੁਤ ਕਰਦਾ, ਤੜਕੇ ਵਗ ਜਾਂਦਾ, ਹੱਥ ਨਹੀਂ ਆਉਂਦਾ। ਹਾਂਜੀ ਮਿਹਨਤ, ਬਾਕੀ ਨਰਮਾ ਖਿਆ ਸਿਰੇ ਨਹੀਂ ਆਉਂਦਾ। ਹਾਂਜੀ ਇਹ ਤਾਂ ਹੈ, ਨਰਵਾਈ ਦੀ ਅੱਜ ਕੱਲ ਪੈ ਰਿਹਾ ਬੰਦਾ, ਉਹੀ ਕਾਮਯਾਬ ਹੈ। ਇਹ ਤਾਂ ਹੈ, ਜਿਹਦੀ ਜੀਭ ਮਿੱਠੀ ਹੈ ਨਾ, ਉਹ ਬੰਦਾ ਕਿਸੇ ਨੂੰ ਖੱਟ ਲੈਂਦਾ ਹੁੰਦਾ। ਹਾਂਜੀ ਤੂੰ ਸੁਣ ਨਾ, ਤਿੰਨ ਜੀ ਬਾਲੀ ਦਿਨ ਹੋ ਗਏ ਜਦੋਂ ਖੜੇ ਹੋ ਤੁਸੀਂ, ਨਾ ਕੀ ਹੋ ਮੈਨੂੰ ਲੱਗਦਾ 8-9 ਦਿਨ ਹੋ ਗਏ। ਹੋ ਗਿਆ ਹੁਣ 8-9 ਦਿਨ ਤਾਂ ਸੋਤੀ ਹੋ ਗਈ ਜੀ, ਇੰਝ ਪਤਾ ਵੱਧ ਹੀ ਹੋ ਗਈ। ਮੈਂ ਤਾਂ ਨਾ ਕਿਹਾ, ਮੈਂ ਤਾਂ ਕਮਲਾ ਹੈ ਬਈ, ਮੈਂ ਠੀਕ ਹੋ ਜੀ ਮੜਾ। ਹੋਰ ਨਾ ਕੱਪੜੇ ਬਦਲ, ਕੱਪੜੇ ਤਾਂ ਹੋਰ ਭਾਏ ਨਾ, ਕੱਪੜੇ ਦਾ ਡੋਡ ਜੀ ਦੇ ਪਾਸ ਪੁੱਛਣਾ। ਚੱਲ ਮੈਂ ਨਾ ਆਇਆ ਮੈਂ ਫਿਰ, ਹੋਰ ਨਾ ਆਇਓ, ਪਾਣੀ ਗਰਮ ਹੋਇਆ ਫਿਰ। ਹੋਰ ਨਹਾਉਣ ਲੱਗ ਗਏ, ਕਹਿੰਦੇ ਪਾਣੀ ਪਾ ਦੋ, ਨਹਾ ਲੈਣੇ ਕਈ ਦਿਨ ਹੋ ਗਏ। ਹਾਂ ਕੱਪੜੇ ਚ ਫੜਾ ਕੇ ਆਈ ਨਹਾਈ ਜਾਂਦੇ ਹੈਗੇ। ਇੱਕ ਨਾ ਇੱਥੇ ਪਏ ਸੀਗੇ, ਉਦੋਂ ਇਹਨਾਂ ਨੇ ਸਾਡੀਆਂ ਆਪਣੀਆਂ ਗੱਲਾਂ ਜਿਹੀਆਂ ਸੁਣ ਲਈਆਂ। ਹੋਰ ਕਹਿੰਦੇ ਮੈਨੂੰ ਤਾਂ ਪਰਮਜੀਤ ਬਸ਼ਰਮੀ ਜੀ ਆਉਂਦੀ ਹੈਗੀ, ਕਿਵੇਂ ਆਪਾਂ ਤਾਂ ਇਸ ਵੀ ਸੁੱਤੇ ਪਏ ਨੇਗੇ, ਅਤੇ ਕਹਿੰਦੇ ਤੁਹਾਡੀ ਸਾਰੀਆਂ ਗੱਲਾਂ ਸੁਣ ਲਈਆਂ। ਮੈਂ ਫਿਰ ਕੁਛ ਬੋਲੀ ਨਹੀਂ, ਤਾਂ ਬੋਲੇ ਤਾਂ ਕੁਛ ਨਹੀਂ, ਆਹੀ ਕਹਿੰਦੇ ਸੀ, ਕਹਿੰਦੇ ਬਸ਼ਰਮੀ ਆਉਂਦੀ ਹੈ ਵੀ। ਮੈਨੂੰ ਤਾਂ ਆਏ ਸੀਗਾ ਵੀ ਇਹਨਾਂ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਹੈਗਾ ਵੀ ਅੱਜ ਤਾਂ ਸਾਰੇ ਰਾਜ ਖੁੱਲ੍ਹ ਗਏ ਮੇਰੇ। ਚੱਲ ਜੇ ਹਟ ਜਾਣਾ ਹੋਣਾ ਚੰਗਾ ਹੀ ਹੈ, ਫਿਰ ਕੀ ਕਹਿੰਦਾ ਹੁੰਦਾ ਨਹੀਂ ਕਹਿੰਦਾ। ਹਾਂ ਬਸ ਐਂ ਕਹਿੰਦਾ ਵੀ ਬਸ਼ਰਮੀ ਜੀ ਆਈ, ਮੈਨੂੰ ਖਬਰ ਹੈ ਕੋਈ ਮੇਰਾ ਉਹੀ ਹੋ ਜੇ। ਚੰਗਾ ਜੀ ਭਾਈ, ਮਾੜਾ ਮੋਟਾ ਕੋਈ ਫਰਕ ਪਊ ਸੁਧਰੂਗਾ, ਹੈ ਨਾ। ਹੁਣ ਇੰਨਾ ਚਿਰ ਹੋ ਗਿਆ ਵਧੀਨ ਹੁੰਦਿਆਂ ਤਾਂ, ਨਹੀਂ ਕੋਈ ਨਾ ਮਸੀ ਪੈ ਜੂਗਾ ਹੋਈ ਤਾਂ, ਘਰੇ ਤਾਂ ਪਰਮਾਤਮਾ ਸੁਣੂ ਗਈ ਹੈ ਨਾ। ਮਹਾਰਾਜ ਸੁਣ ਲਏ ਤਾਂ ਵਧੀਆ, ਤੇਰੇ ਵਰਗੀ ਦੇ ਬੋਲ ਸੁਣਨ ਨਹੀਂ ਹੋਣ। ਉਹੀ ਦਿਮਾਗ ਪਾਗਲ ਹੋਇਆ ਹੈ ਨਾ, ਕਿੰਨੀ ਸ਼ਰਾਬ ਪੀ ਲਈ, ਗਲੀਆਂ ਦੇ ਵਿੱਚ ਡਿੱਗ ਲਏ, ਰਿਸ਼ਤੇਦਾਰ ਆ ਕੇ ਕਹਿੰਦੇ ਸੀ ਛੱਡਦੇ ਛੱਡਦੇ, ਕਿਸੇ ਦੀ ਨਹੀਂ ਮੰਨੀ।
ਉਹ ਵੀ ਕਹਿ ਕਹਿ ਕੇ ਥੱਕ ਗਏ ਹਿੰਦਰ ਜਾਂ ਤੈਨੂੰ ਵੀ ਤੂੰ ਸਿਆਣਾ ਬਣ। ਵਿਚਾਰੀ ਕੁਲਵਿੰਦਰ ਵੀ ਬਹੁਤ ਸਿਆਣੀ ਹੈ ਯਾਰ, ਜਿਹਨੇ ਕਦੇ ਮੇਰਾ ਕਦੇ ਬੋਲ ਨਹੀਂ ਮੋੜਿਆ ਵੀ ਦਵਾਈ ਲਿਆ ਦੇ, ਨਿੰਬੂ ਵਾਲਾ ਪਾਣੀ ਲਿਆ ਦੇ, ਉਹਦੀ ਹਾਜ਼ਰ ਕਰ ਦਿੰਦੀ ਸੀ। ਅੱਜ ਮੈਨੂੰ ਆਪਦੇ ਆਪਣੇ ਮਨ 'ਚ ਇਹ ਹੋ ਰਿਹਾ ਵੀ ਆਪਾਂ ਸ਼ਰਾਬ ਦੇ ਹੱਥ ਨਾ ਲਾਈਏ, ਗੁਰੂ ਦੇ ਲੜ ਲੱਗੀਏ, ਵਹਿਰੂ ਵਹਿਰੂ ਕਰੀਏ। ਬਸ ਕੁਦਰਤੋਂ ਬਸ ਮਨ ਦੇ ਵਿੱਚ ਹੀ ਖਿਆਲ ਆ ਗਿਆ ਅੱਜ ਮੇਰੇ ਵੀ ਆਪਾਂ ਬਸ ਪੱਥਰ 'ਤੇ ਲਿਖੀ ਰਿਹਾ ਵੀ ਆਪਾਂ ਮੁੜ ਕੇ ਸ਼ਰਾਬ ਨਹੀਂ ਪੀਣੀ, ਬਿਲਕੁਲ ਹੀ ਨਹੀਂ ਪੀਣੀ। ਕਿਸੇ ਨੇ ਕੁਛ ਨਹੀਂ ਕੱਢਿਆ, ਜੋ ਹਰੇਕ ਬੰਦਾ ਪਰਾਂ ਹੋ ਕੇ ਲੰਘਦਾ ਸੀ, ਨਹਾ ਕੇ ਸੁਰਤਾ ਗਈ ਆ। ਪਹਿਲਾਂ ਜੱਗ ਵਾਸਤੇ ਦਾ ਇਹ ਨਹੀਂ ਪਤਾ ਸੀ ਕਿੱਥੇ ਕੀ ਹੋਈ ਜਾਂਦਾ, ਪੈਰਾਂ 'ਚ ਪੈਰਾਂ ਪੂਰਾਂ 'ਚ ਚੱਪਲਾਂ ਚੁੱਪਲਾਂ ਸਿੱਟੇ ਆਉਂਦੇ, ਜੋੜੇ ਅੱਡ ਅੱਡ ਦਾ ਪਜਾਮੇ ਪਜੂਮੇ ਪਾਈ ਜਾਂਦੇ ਯਾਰ, ਬਾਹਲੀ ਸਿਹਤ ਖਰਾਬ ਕਰਕੇ ਸੀ ਆਪਦੀ। ਚੰਗਾ ਕੁਲਵਿੰਦਰ ਮੈਂ ਜਾਂਦੀ ਹਾਂ ਫਿਰ, ਨਾ ਟਾਈਮ ਬਾਹਲਾ ਹੋ ਜੂ, ਫਿਰ ਬੱਸ ਵੀ ਨਾ ਲੰਘ ਜਾਏ ਮੇਰੀ। ਅੱਜ ਰਹਿ ਜਾਂਦੀ ਪਰ ਮੈਂ ਟਿਕ ਨਹੀਂ ਫਿਰ, ਨਾ ਹੀ ਰੋਟੀ ਦਾ ਬਾਹਲਾ ਔਖਾ ਹੋ ਜਾਂਦਾ। ਦੇਖ ਲਓ ਜੇ ਤਾਂ ਸਰ ਜਾਂਦਾ ਤਾਂ, ਨਹੀਂ ਸਰਦਾ ਨਹੀਂ, ਨਹੀਂ ਤਾਂ ਮੈਂ ਆਪ ਹੀ ਰਹਿ ਪਾਉਂਦੀ, ਤੈਨੂੰ ਕਹਿਣ ਦੀ ਲੋੜ ਹੀ ਨਹੀਂ। ਨਹੀਂ ਨਹੀਂ ਮਾਸੀ ਫਿਰ ਨਾ ਰਹਿ ਨਹੀਂ ਆਉਂਦਾ, ਉਹਨਾਂ ਹੀ ਰੋਟੀ ਦਾ ਔਖਾ ਹੋ ਜਾਂਦਾ ਫਿਰ। ਆਇਓ ਹਾਂ, ਕੀ ਟਾਈਮ ਹੋ ਗਿਆ, 4 ਵਜੇ ਗਏ? ਹਾਂ 4 ਵਜੇ, 4:15 ਆਉਂਦੀ ਹੈ ਨਾ ਬਸ। ਹਾਂ 4:15 ਆ ਜਾਓ। ਚੱਲ ਚੰਗਾ, ਫਿਰ ਮਿਲਾਂਗੇ। ਚੱਲ ਚੰਗਾ, ਧੰਨਵਾਦ ਵੀਰ। ਚੰਗਾ ਮਿਲ ਜੀ, ਚੰਗਾ ਮਾਸੀ। ਤੂੰ ਵਿਆਹ ਕੇ ਮਿਲਣਾ ਚੰਗਾ। ਵਧੀਆ ਜੀ ਲੱਗ ਰਿਹਾ ਸੀ ਸਾਰੇ ਦਿਨ ਦਾ, ਬਾਗੇ ਵਿੱਚ ਵਧੀਆ ਜੀ ਲੱਗਿਆ ਪਿਆ ਸੀ ਤੜਕੇ ਦਾ। ਇੱਥੇ ਬਾਹਰ ਹੀ ਬੈਠੇ ਨੇ ਗੁੱਸੀ ਜੀ ਤੇ। ਹਾਂ ਫਿਰ ਮੈਂ ਸਬਜ਼ੀ ਸੁਬਜ਼ੀ ਬਣਾਉਣੀ ਆ, ਰੋਟੀ ਖਾਣ ਦਾ ਟਾਈਮ ਹੋਇਆ ਤਾਂ। ਬੇਬੇ ਮੇਰਾ ਤਾਂ ਮਨ ਬਦਲ ਗਿਆ। ਮੈਨੂੰ ਤਾਂ ਲੱਗਿਆ ਬਸ ਆਪਾਂ ਜ਼ਿੰਦਗੀ ਭਰ ਸ਼ਰਾਬ ਪੀਣੀ ਨਹੀਂ, ਰੱਬ ਨੇ ਸੁਣ ਲਈ ਤੇ ਪਤਾ ਨੀ ਕੀ ਮੇਰੇ ਮਨ ਚ ਅਸੀਂ ਦਿਆ ਆਈ ਆ ਕਿ ਲਾ ਲਓ ਮੈਂ ਸ਼ਰੀਰ ਸ਼ਰਾਬ ਪੀਂਦਾ ਹੈਗਾ। ਚੱਲ ਵਧੀਆ ਫਿਰ, ਮੈਥੋਂ ਜਿਹੜੀ ਗਲਤੀ ਹੋ ਗਈ ਮਾਫ਼ ਕਰੋ, ਮੈਂ ਬਹੁਤ ਗਲਤੀਆਂ ਕਰੀਆਂ, ਲਿਬੜਾ ਤਿਬੜਾ ਕੱਪੜੇ ਆਇਆ, ਬੁਰਾ ਹਾਲ ਭਾਈ ਪੁੱਛਣਾ, ਮੈਂ ਨਹੀਂ ਹੁਣ ਸ਼ਰਾਬ ਬਾਹਰ ਨਿਕਲਣ ਜੀ ਨਹੀਂ ਕਰਦਾ ਸਾਡਾ ਤਾਂ। ਡਾਕਟਰ ਵੀ ਹੁਣ ਹਟ ਗਿਆ ਸੀ, ਮੇਰਾ ਮਨ ਇੰਨਾ ਹੋ ਗਿਆ ਵੀ ਮੈਂ ਬਸ ਸ਼ਰਾਬ ਨਹੀਂ ਪੀਣਾ। ਡਾਕਟਰ ਰੋਜ਼ ਕੀ ਕਰੇ ਫਿਰ ਹੁਣ, ਕਦੇ ਨਾ ਕਦੇ ਤਾਂ ਆ ਜਾਂਦਾ। ਕਿ ਡੱਲੇ ਲਾਏ ਦੇ ਰੇ ਸਵੇਰੇ ਸਾਦਾ, ਮੈਨੂੰ ਵੀ ਜਵਾਬ ਦੇ ਤੌਰ ਦੇ ਨੇ ਤਾਂ ਗੋਲੀਆਂ ਦੇ ਕੇ ਮੋੜਤਾ ਬੰਦੇ ਨੇ, ਕਰੀ ਤਾਂ ਕਰੀ ਬੇਬੇ ਮੀ ਕਰੀ ਹੁਣ ਮੈਂ ਬਸ ਹੁਣ ਨਹੀਂ ਮੈਂ ਸ਼ਰਾਬ ਪੀਂਦਾ। ਬਾੜੀ ਮਾੜੀ ਚੀਜ਼ ਨਾਲੇ ਉੱਤੇ ਲਿਖਿਆ ਹੁੰਦਾ ਤੇ ਵੀ ਸਿਹਤ ਲਈ ਹਾਨੀਕਾਰਕ ਹੈ। ਹਾਂ ਤਾਂ ਵੀ ਨਹੀਂ ਸਮਝਦੇ, ਤਾਂ ਵੀ ਸਮਝਦੇ। ਚੱਲ ਹਜੇ ਵੀ ਚੰਗੀ ਗੱਲ ਹੈ ਜੀ, ਵਧੀਆ ਜੀ, ਨਾ ਪੀਵੇਂਗਾ ਚੰਗਾ ਰਹੇਗਾ, ਜ਼ਿੰਦਗੀ ਬਚ ਰਹੂ, ਨਹੀਂ ਤਾਂ ਫਿਰ ਦਿੰਦੇ ਹੀ ਸੀ ਕੰਮ ਹੁਣ। ਜਾਵਾਂ ਦੱਸਾਂ ਕੁਲਵਿੰਦਰ ਨੂੰ, ਵਧੀਆ ਖੁਸ਼ੀ ਦਾ ਦਿਨ ਆ ਜਾਵਾਂ ਸਾਂ, ਕੀ ਕਰੀ ਜਾਂਦੀ ਅੰਦਰ ਦੇਖਾਂ।
ਨਿਕਲ ਪਿੰਦਰੇ ਰਜਿੰਦਰ ਤਾਂ ਅੱਜ ਕਹਿੰਦਾ ਵੀ ਮੈਂ ਤਾਂ ਹੁਣ ਏਡੇ ਮੁੜ ਕੇ ਦਾਰੂ ਨਹੀਂ ਪੀਂਦਾ, ਖੁਸ਼ੀ ਦੀ ਦਾਰੂ ਗੱਲ ਸੁਣਾਈ ਆ ਨਾ ਤਾਂ ਹੋਰ ਕਹਿੰਦਾ ਮੈਂ ਤਾਂ ਹੁਣ ਜਮੀ ਨਹੀਂ ਪੀਂਦਾ, ਮੈਂ ਤਾਂ ਇੰਨਾ ਉਹ ਚਿਰ ਹੋ ਗਿਆ ਕਹਿੰਦਾ ਦਾਰੂ ਪੀਂਦੇ ਨੂੰ, ਲੋਕ ਮੈਨੂੰ ਬੁਲਾਉਣੋਂ ਹਟ ਗਏ ਕਹਿੰਦਾ ਮੈਂ ਤਾਂ ਪਰੇ ਹੋ ਕੇ ਲੰਘਣ ਲੱਗ ਗਏ, ਹੁਣ ਨਹੀਂ ਮੈਂ ਪੀਂਦਾ, ਕੰਨਾਂ ਨੂੰ ਹੱਥ ਲਾਉਂਦਾ ਸੀ ਅੱਜ ਤਾਂ ਫਿਰ ਤਾਂ ਬੇਬੇ ਕੋਈ ਇਹਦਾ ਪਰਮਾਤਮਾ ਦੀ ਕਿਰਪਾ ਹੋ, ਕੋਈ ਮਹਾਰਾਜ ਨੇ ਤੇਰੀ ਸੁਣ ਲਈ ਭਾਈ ਅਰਦਾਸ ਹਨਾ, ਇਹ ਤਾਂ ਅੱਜ ਤੱਕ ਮੇਰੀ ਪਰਮਾਤਮਾ ਨੇ ਅਰਦਾਸ ਸੁਣੀ, ਹਾਂ ਜਿਹੋ ਜਿਹੀ ਆਪਣੀ ਸੁਣੀ ਸਭ ਦੀ ਸੁਣੇ ਮਹਾਰਾਜ ਨਾ, ਮੈਂ ਤਾਂ ਹੁਣ ਪਰਮਾਤਮਾ ਦਾ ਸ਼ੁਕਰਾਨਾ, ਹਾਂ ਸ਼ੁਕਰਾਨਾ ਹੀ ਕਰਾਏਗਾ ਤੜਕੇ ਹੱਥ ਨੇ ਸੱਚੇ ਪਾਤਸ਼ਾਹ। ਹੇ ਸੱਚੇ ਪਾਤਸ਼ਾਹ ਗੁਰੂ ਮਹਾਰਾਜ, ਜਿਹੋ ਜਿਹੀ ਅਰਦਾਸ ਤਾਂ ਮੇਰੀ ਸੁਣੀ ਆ ਸਭ ਦੀ ਸੁਣੀ ਪਰਮਾਤਮਾ, ਸਤਨਾਮ ਸ੍ਰੀ ਵਾਹਿਗੁਰੂ।